ਸਤਿ ਸ੍ਰੀ ਅਕਾਲ, ਮੇਰਾ ਕੀ YST ਚੈਨਲ ਵੇਖਣ ਵਾਲਿਆਂ ਦਾ ਬਹੁਤ ਬਹੁਤ ਸਵਾਗਤ। ਪਲੀਜ਼ ਇਸ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ। ਅੱਜ ਆਪਾਂ ਬਣਾਵਾਂਗੇ ਚੀਜ਼ ਚਿੱਲੀ, ਯਾਨੀ ਸ਼ਿਮਲਾ ਮਿਰਚ ਔਰ ਪਨੀਰ। ਇਹਦੇ ਲਈ ਮੈਂ ਸਮਾਨ ਲਿਆ ਹੈ, ਜੋ ਸ਼ਿਮਲਾ ਮਿਰਚ 250 ਗ੍ਰਾਮ, ਪਨੀਰ ਚੀਜ਼ 250 ਗ੍ਰਾਮ, ਗਰਮ ਮਸਾਲਾ 1-1.5 ਚਮਚਾ, ਅਜਵਾਇਨ 1 ਚਮਚਾ, ਪਿਆਜ, ਨਿੰਬੂ, ਅਦਰਕ, ਲਸਣ, ਹਰੀ ਮਿਰਚ, ਟਮਾਟਰ, ਸਿਰਕਾ, ਵਾਈਟ ਵੈਨੇਗਰ, ਸੋਏ ਸੌਸ, ਟਮਾਟੋ ਪਿਊਰੀ, ਅਦਰਕ ਤੇ ਲਸਣ ਦਾ ਪੇਸਟ। ਹੁਣ ਆਪਾਂ ਪਿਆਜ ਨੂੰ ਕੱਟਾਂਗੇ। ਇਹਨੂੰ ਤਕਰੀਬਨ 1/2 ਇੰਚ ਦੇ ਪੀਸਿਸ ਵਿੱਚ ਕੱਟਾਂਗੇ। ਯਾਨੀ ਇਸ ਨੂੰ ਮੋਟਾ ਮੋਟਾ ਕੱਟਾਂਗੇ, ਬਹੁਤ ਜ਼ਿਆਦਾ ਬਰੀਕ ਨਹੀਂ ਕਰਨਾ। ਪਿਆਜ ਕੱਟ ਲਿਆ ਹੈ। ਟਮਾਟਰ ਦੀ ਆਪਾਂ ਪਿਊਰੀ ਬਣਾ ਲਾਂਗੇ, ਉਹ ਆਪਾਂ ਅਗਲੇ ਕਿਸੇ ਐਪੀਸੋਡ ਚ ਬਣਾਉਣੀ ਦੱਸਾਂਗੇ। ਲਓ ਜੀ, ਮੈਂ ਟਮਾਟਰ ਦੀ ਪਿਊਰੀ ਬਣਾ ਲਈ ਹੈ, ਆਪਾਂ ਇਹਨੂੰ ਇਸਤੇਮਾਲ ਕਰਾਂਗੇ। ਆਇਨ ਹੁਣ ਭੁੱਜ ਚੁੱਕੀ ਹੈ, ਆਪਾਂ ਇਹਦੇ ਵਿੱਚ ਅਦਰਕ ਲਸਣ ਦਾ ਪੇਸਟ ਪਾਵਾਂਗੇ। ਫਲੇਮ ਬਹੁਤ ਜ਼ਿਆਦਾ ਨਹੀਂ ਕਰਨਾ। ਇਹਦੇ ਵਿੱਚ ਕੱਟਿਆ ਹੋਇਆ ਪਿਆਜ ਕਰਾਂਗੇ। ਪਿਆਜ ਨੂੰ ਹਲਕਾ ਗੁਲਾਬੀ ਹੋਣ ਤੱਕ ਫਰਾਈ ਕਰਾਂਗੇ, ਭੁੰਨਾਂਗੇ। ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਪਾਵਾਂਗੇ। ਗਰਮ ਮਸਾਲਾ ਹੁਣ ਆਪਾਂ ਇਹਦੇ ਵਿੱਚ ਸੋਇਆ ਸੌਸ ਪਾਵਾਂਗੇ 1 ਛੋਟਾ ਚਮਚ। ਹਰੀ ਮਿਰਚ ਘੱਟ ਰੱਖਾਂਗੇ ਕਿਉਂਕਿ ਆਪਾਂ ਥੋੜੀ ਜਿਹੀ ਲਾਲ ਮਿਰਚ ਵੀ ਪਾਉਣੀ ਆ। ਹਲਦੀ ਟਮਾਟੋ ਪਿਊਰੀ
शिमला मिर्च, दो तीन चम्मच पानी, हुण आपां इहनूं 5 मिनट लई पकण देवांगे। मीडियम फ्लेम ते पकाना है। जे आपां पनीर इहदे विच पहले ही पा दिंदे आ ते उह बहुत ज्यादा सॉफ्ट हो जाएगा, जां ज्यादा पक्कण नाल उह चीड़ा हो जाएगा, ओवर कुक्ड हो जाएगा, उह फिर सही नहीं रहिंदा। इसलिए आपां जदों तक शिमला मिर्च सॉफ्ट नहीं हो जाती उदों तक आपां उहदे विच पनीर मिक्स नहीं करांगे। दो मिनट पकड़ देवांगे। हुण आपां इहदे विच वाइट सिरका, वाइट वैनेगर मिक्स करांगे। इह 1 to 1.5 चम्मच है, बाकी तुसीं अपनी टेस्ट अनुसार मिक्स कर सकते हो। इह मैं नींबू दा सत लिया है जूस, ये आपां हुणे इहदे विच पकण टाइम ही पा दिता तां इहदा फ्लेवर थोड़ा जिहा ना कड़वेपण विच आ जाएगा। हांजी, अपने चीज़ चिली हुण रेडी है। आपां इहदे विच नींबू दा जूस मिक्स करांगे। नींबू का जूस मिक्स करने तो बाद इनू आपां फ्लेम नू बिल्कुल बंद कर देंगे। इनू 2-3 मिनट लिए कवर करके रख देंगे। हाँ जी, अपना हुण चीज़ चिली बिल्कुल रेडी है। मिलते हैं अगले वीडियो विच। तद तक लई हसदे रहो, वसदे रहो। सत श्री अकाल।